ਫੇਮਸ ਸਿੰਗਰ ਜਸਵਿੰਦਰ ਬਰਾੜ ਦੇ ਫੈਨਸ ਲਈ ਖਾਸ ਅਪਡੇਟ ਆਈ ਸਾਹਮਣੇ। ਦਰਅਸਲ ਹਾਲ ਹੀ ਦੇ ਵਿੱਚ ਫੇਮਸ ਫੀਮੇਲ ਸਿੰਗਰ ਜਸਵਿੰਦਰ ਬਰਾੜ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਜਸਵਿੰਦਰ ਬਰਾੜ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਆਪਣੇ ਆਉਣ ਵਾਲੇ ਗੀਤ ਦੇ ਬਾਰੇ। ਤੇ ਇਹ ਗੀਤ ਹੋਣ ਵਾਲਾ ਹੈ ਸਿੱਧੂ ਮੂਸੇਵਾਲਾ ਦੇ ਨਾਲ ਰਿਲੇਟਡ। ਜੀ ਹਾਂ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਜਸਵਿੰਦਰ ਬਰਾੜ ਨੂੰ ਆਪਣੀ ਭੂਆ ਕਹਿੰਦੇ ਸਨ, ਤੇ ਇਹਨਾਂ ਦੇ ਵਿੱਚ ਕਾਫੀ ਚੰਗਾ ਰਿਸ਼ਤਾ ਸੀ, ਕਾਫੀ ਪਿਆਰ ਸਤਿਕਾਰ ਕਰਦੇ ਸਨ ਸਿੱਧੂ ਮੂਸੇਵਾਲਾ ਜਸਵਿੰਦਰ ਬਰਾੜ ਜੀ ਦਾ। ਸੋ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਜਾਣ ਦਾ ਗਮ ਜਿੱਥੇ ਕਿ ਇਹਨਾਂ ਦੇ ਨੀਅਰਸ ਐਂਡ ਡੀਅਰਸ ਇਹਨਾਂ ਦੇ ਫੈਨਸ ਨੂੰ ਹੋਇਆ, ਤੇ ਜਸਵਿੰਦਰ ਬਰਾੜ ਵੀ ਸਿੱਧੂ ਮੂਸੇਵਾਲਾ ਨੂੰ ਕਾਫੀ ਜ਼ਿਆਦਾ ਯਾਦ ਕਰਦੇ ਨੇ ਤੇ ਉਹਨਾਂ ਦੇ ਜਾਣ ਦਾ ਕਾਫੀ ਦੁੱਖ ਵੀ ਮਨਾਉਂਦੇ ਨੇ। ਵੈਲ, ਹੁਣ ਰੀਸੈਂਟਲੀ ਜਸਵਿੰਦਰ ਬਰਾੜ ਨੇ ਇਹ ਜ਼ਿਕਰ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਰਿਲੇਟਡ ਗੀਤ ਉਹ ਜਲਦੀ ਹੀ ਰਿਲੀਜ਼ ਕਰਨ ਵਾਲੇ ਨੇ। ਦਰਅਸਲ ਹਾਲ ਹੀ ਦੇ ਵਿੱਚ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ IVF ਦੇ ਜ਼ਰੀਏ ਇੱਕ ਬੱਚੇ ਨੂੰ ਜਨਮ ਦੇਣ ਵਾਲੇ ਨੇ, ਯਾਨੀ ਕਿ ਉਹਨਾਂ ਦੇ ਘਰ ਜਲਦੀ ਹੀ ਖੁਸ਼ੀਆਂ ਆਉਣਗੀਆਂ। ਤੇ ਸਭ ਦਾ ਇਹੀ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦਾ ਇੱਕ ਛੋਟਾ ਰੂਪ ਹੈ ਜਿਹੜਾ ਉਹ ਸਾਨੂੰ ਵੇਖਣ ਨੂੰ ਮਿਲੇਗਾ। ਸੋ ਇਸੇ ਦੇ ਤਹਿਤ ਜਸਵਿੰਦਰ ਬਰਾੜ ਦੇ ਵੱਲੋਂ ਨਿੱਕੇ ਪੈਰੀਂ ਗੀਤ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕੀਤਾ ਗਿਆ ਹੈ ਤੇ ਇਸ ਗੀਤ ਦੇ ਪੋਸਟਰ ਦੇ ਵਿੱਚ ਅਸੀਂ ਹਵੇਲੀ ਵੇਖ ਸਕਦੇ ਹਾਂ ਤੇ ਹਵੇਲੀ ਤੋਂ ਇੱਕ ਪੈਰ ਜਾਂਦੇ ਹੋਏ ਤੇ ਇੱਕ ਨਿੱਕੇ ਪੈਰ ਵਾਪਸ ਆਉਂਦੇ ਹੋਏ ਇਹਨਾਂ ਪੈਰਾਂ ਦੇ ਨਿਸ਼ਾਨ ਹੈ ਜਿਹੜੇ ਅਸੀਂ ਵੇਖ ਸਕਦੇ ਹਾਂ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ, ਇਹਨਾਂ ਪੋਸਟਰਸ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਬਰਾੜ ਲਿਖਦੇ ਨੇ, ਆਪਣੇ ਸਭ ਦੇ ਦਿਲਾਂ ਦੀ ਧੜਕਣ ਸਾਡੇ ਹਰਮਨ ਪਿਆਰੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਵਾਪਿਸ ਪਾਉਣ ਲਈ ਉਸਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾਂ ਦੀ ਰੱਬ ਅੱਗੇ ਅਰਦਾਸ। ਨਿੱਕੇ ਪੈਰੀ ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸਾਂ ਪੂਰੀਆਂ ਹੋਣ। ਜਿਸ ਤੋਂ ਬਾਅਦ ਉਹਨਾਂ ਸਿੱਧੂ ਮੂਸੇਵਾਲਾ, ਮਾਤਾ ਚਰਨ ਕੌਰ, ਪਿਤਾ ਬਲਕੌਰ ਸਿੰਘ ਸਿੱਧੂ ਹੋਰਾਂ ਨੂੰ ਮੈਂਸ਼ਨ ਵੀ ਕੀਤਾ ਹੈ ਤੇ ਨਾਲ ਹੀ ਇਸ ਗੀਤ ਦੀ ਟੀਮ ਨੂੰ ਵੀ ਟੈਗ ਕੀਤਾ ਗਿਆ ਤੇ #ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਵੀ ਨਹੀਂ ਭੁੱਲੇ ਨੇ। ਸੋ ਜਸਵਿੰਦਰ ਬਰਾੜ ਦੇ ਵੱਲੋਂ ਇਹ ਗੀਤ ਕਦੇ ਵੀ ਰਿਲੀਜ਼ ਕੀਤਾ ਜਾ ਸਕਦਾ, ਯਾਨੀ ਕਿ ਜਲਦੀ ਹੀ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਕਾਫੀ ਸਾਰੇ ਫੈਨਸ ਨੇ ਇਸ ਤੇ ਕਮੈਂਟਸ ਕੀਤੇ ਨੇ, ਸੋ ਤੁਹਾਡਾ ਇਸ ਦੇ ਸੰਬੰਧੀ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਤੁਸੀਂ ਇਸ ਗੀਤ ਦੇ ਲਈ ਕਿੰਨੇ ਐਕਸਾਈਟਿਡ ਹੋ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਜਿਹੜੀ ਅਪਡੇਟ ਰੀਸੈਂਟਲੀ ਸਾਹਮਣੇ ਆਈ ਹੈ ਕਿ ਸਾਨੂੰ ਸਿੱਧੂ ਮੂਸੇਵਾਲਾ ਦੇ ਘਰ ਜਲਦੀ ਹੀ ਖੁਸ਼ੀਆਂ ਵੇਖਣ ਨੂੰ ਮਿਲਣਗੀਆਂ, ਉਸ ਦੇ ਬਾਰੇ ਕੀ ਕਹਿਣਾ ਹੈ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।